ਬਰੋਬਰ ਸੀ ਹੁਣ ਬਾਪੂ ਨੇ ਸਰਦਾਰ ਆ ਗਏ ਬਿਲਕੁਲ ਝੂਠ ਬਿਲਕੁਲ ਝੂਠ ਕਿਉਂ ਇਹ ਗੱਲ ਹੋ ਹੀ ਨਹੀਂ ਸਕਦੀ ਕਿਉਂ ਨਹੀਂ ਹੋ ਸਕਦੀ ਮੈਂ ਕਿਹਾ ਮੈਂ ਤੇ ਬਾਪੂ ਇੱਕੇ ਹੀ ਪਾਰਟੀ ਦੇ ਬੰਦੇ ਦੂਜੀ ਟੀਮ ਦਾ ਝੰਡਾ ਲਾ ਹੀ ਨਹੀਂ ਸਕਦਾ ਬਾਪੂ ਸਾਂਝਾ ਲੱਗਿਆ ਹੋਇਆ ਮੈਂ ਉਹ ਗੱਲ ਨਹੀਂ ਕਰਦੀ ਕਿਹੜੀ ਗੱਲ ਕਰਦੀ ਹੈ ਮੈਂ ਦੱਸ ਦੇ ਦੱਸ ਦੇ ਦੱਸ ਦੇ ਰੌਲਾ ਪਾਈ ਤੁਸੀਂ ਗੁੱਸਾ ਕਰ ਲੈਣਾ ਕਾ ਕਰ ਲੈਣਾ ਮੈਂ ਤੂੰ ਗਾਲ ਕੱਢਣ ਲੱਗੀ ਹੈ ਚਲੋ ਠੀਕ ਹੈ ਮੈਂ ਦੱਸ ਦੇਣੀ ਫਿਰ ਗੁੱਸੇ ਨਹੀਂ ਹੋਣਾ ਠੀਕ ਹੈ ਗਲੀ ਮਹੱਲੇ ਕੱਲ ਉੱਡ ਗਈ ਪੈਰ ਕੋਈ ਦਾ ਪਰ ਆਵੇ ਗਲੀ ਮਹੱਲੇ ਕੱਲ ਉੱਡ ਗਈ ਪੈਰ ਤੇ ਜਿਹਦਾ ਪਰ ਆਵੇ ਉਹ ਕਮਲ ਗਏ ਇਹਦੇ ਦੀ ਕਿਹੜੀ ਗੁੱਸਾ ਕਰਨ ਵਾਲੀ ਗੱਲ ਹੈ ਸਿਆਣੇ ਦੀ ਕਹਾਵਤ ਦਾ ਕੱਲਾ ਰੁੱਖ ਨਹੀਂ ਹੋਣਾ ਚਾਹੀਦਾ ਤੇਰੇ ਮੂੰਹ ਵਿੱਚ ਛੱਤਰ ਕੁੜੇ ਕਰ ਕਰ ਮੱਠੇ ਆਈਆਂ ਵੱਟ ਕੁੜੇ ਚੋਪੜੀਆਂ ਨਾਲੇ ਦੋ ਦੋ ਨੀ ਰੱਬ ਦਿੰਦਾ ਚੋਪੜੀਆਂ ਨਾਲੇ ਦੋ ਦੋ ਨੀ ਰੱਬ ਦਿੰਦਾ ਨਾਲ ਕੁੜੇ ਉਹ ਮੇਰੀ ਮਾਂ ਨੂੰ ਮਾੜਾ ਚੰਗਾ ਨਾ ਕਹੀਂ ਤੈਨੂੰ ਦੱਸਿਆ ਕਿਉਂ 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 ਤੇ ਲੜਾਈ ਹੁੰਦੀ ਹੈ ਮੈਂ ਕਿਹਾ ਜੇ ਕਹੂੰਗੀ ਫਿਰ ਕੀ ਹੋਜੂ ਫਿਰ ਕੀ ਹੋਜੂਗਾ ਕੁੱਟ ਕੁੱਟ ਕੇ ਨਾ ਕੁੱਟ ਕੁੱਟ ਕੇ ਚਿੱਪ ਕਰ ਦੂੰ ਚਿੱਪ ਹਾਂ ਚਿੱਪ ਕਰ ਦੂੰ ਫਿਰ ਮੈਨੂੰ ਕੋਈ ਡਰ ਨਹੀਂ ਕਿਉਂਕਿ ਚਿੱਪ ਮੇਰੇ ਚ ਹੈ ਕੋਈ ਨਹੀਂ ਫਿਰ ਮੈਂ ਕਹ ਦੂੰ ਮੇਰੇ ਨਾਲ ਸਾਹਬਦਾਰ ਨਾਲ ਗੱਲ ਕਰਿਆ ਕਰੋ ਤੂੰ ਨਾ ਸਾਹਬ ਜਵਾਬ ਨਾ ਬੋਲੀ ਮੇਰੀ ਮਾਂ ਨੂੰ ਮਾੜਾ ਚੰਗਾ ਕਹਿਣ ਦੀ ਲੋੜ ਨਹੀਂ ਤੈਨੂੰ ਦੱਸਿਆ ਹਾਂ ਮੈਂ ਜੋ ਸੱਚਾ ਕਹੂੰਗੀ ਤੇ ਮੈਂ ਜੋ ਮੋਚੋ ਕਹੂੰ ਕੋਈ ਸ਼ਰਮ ਨਾ ਧੋਲੇ ਚਾਟੇ ਦੀ ਨਾ ਕਿਸੇ ਨੇ ਪੈਂਦੇ ਚਾਟੇ ਦੀ ਕੋਈ ਸ਼ਰਮ ਨਾ ਧੋਲੇ ਚਾਟੇ ਦੀ ਨਾ ਕਿਸੇ ਨੇ ਪੈਂਦੇ ਚਾਟੇ ਦੀ ਕੱਟੂ ਕੀ ਚਮ ਸ਼੍ਰੀ ਕਨਵਾ ਗੱਲ ਕਰਨ ਵਾਲੀ ਨਹੀਂ ਹਾਸੇ ਦੀ ਕੱਟੂ ਕੀ ਚਮ ਸ਼੍ਰੀ ਕਨਵਾ ਗੱਲ ਕਰਨ ਵਾਲੀ ਨਹੀਂ ਹਾਸੇ ਦੀ ਹੋਵੇ ਰੁੱਖ ਕਿਤੇ ਗੱਲ ਪਿਆਰਿਆ ਸੱਚ ਕਰਾਈ ਤੁਰੇ ਭੱਲਾਣਾ ਹੋਵੇ ਰੁੱਖ ਕਿਤੇ ਗੱਲ ਪਿਆਰਿਆ ਸੱਚ ਕਰਾਈ ਤੁਰੇ ਭੱਜਣ ਗਏ ਵੇਖ ਸ਼ਰੀਤ ਕਰੇ ਭੱਜਣ ਗਏ ਵੇਖ ਸ਼ਰੀਤ ਕਰੇ ਜਦ ਖੇਡਣ ਗਏ ਦੋ ਵਾਲ ਜੁੜੇ ਨਾਲੇ ਚੋਪੜੀਆਂ ਪਾਣੀ ਨਾ ਚੜਾ ਮੇਰਾ ਕਸੂਰ ਉਹ ਮੇਰਾ ਕਸੂਰ ਕਿਵੇਂ ਹੋ ਸਕਦਾ ਨੀ ਮੈਂ ਕਹਿੰਦਾ ਵੀ ਤੁਹਾਡਾ ਕਸੂਰ ਹੈ ਤੇਰੇ ਕਹਿਣ ਤੇ ਮੈਂ ਕਿਵੇਂ ਮੰਨ ਜਾ ਮੇਰਾ ਕਸੂਰ ਬਾਪੂ ਆਪਣੀ ਮਰਜ਼ੀ ਦੇ ਮਾਲਕ ਬੇਬੇ ਤੇ ਬਾਪੂ ਅਸੀਂ ਦੋਨੇ ਆਪਣੀ ਮਰਜ਼ੀ ਦੇ ਮਾਲਕ ਨਾ ਮੇਰਾ ਕਸੂਰ ਕਿਵੇਂ ਕਮਲੀਏ ਉਹ ਮੈਂ ਬਾਪੂ ਨੂੰ ਕਿਹੜਾ ਫਿਲਮ ਵਿਖਾਉਣ ਜਾਂਦਾ ਸੀ ਜੀ ਮੈਨੂੰ ਨੀ ਇਸ ਗੱਲ ਦਾ ਪਤਾ ਪਰ ਮੈਂ ਤੁਹਾਨੂੰ ਕਹਿੰਦੀ ਕਿ ਤੁਹਾਡਾ ਕਸੂਰ ਹੈ ਤੇ ਮੈਂ ਕਿਹਾ ਮੈਂ ਮੰਨਦਾ ਨੀ ਮੇਰਾ ਕਸੂਰ ਹੈ ਨੀ ਤੁਹਾਨੂੰ ਮੰਨਣਾ ਪੈਣਾ ਇੰਨੇ ਜਣਾ ਚ ਤੁਸੀਂ ਝੂਠੇ ਹੋ ਜਾਣਾ ਹੁਣੇ ਇੰਨੇ ਜਣਾ ਚ ਨਾ ਇਹ ਵੀ ਗੱਲ ਤੂੰ ਸਾਰੇ ਪਿੰਡ ਨੂੰ ਦੱਸਣ ਲੱਗੀ ਹੋ ਬਿਲਕੁਲ ਓਏ ਕਮਲੀਏ ਘਰ ਦੀ ਗੱਲ ਕਰੀ ਰਹਿਣ ਦੋ ਸਾਰਿਆਂ ਨੂੰ ਦੱਸੇਗੀ ਭਾਈ ਸਾਹਿਬ ਘਰ ਦੀ ਗੱਲ ਘਰੇ ਨਹੀਂ ਰਹਿੰਦੀ ਚਾਰ ਮਹੀਨਿਆਂ ਨੂੰ ਬਾਹਰ ਆਉ ਮੈਂ ਤਾਂ ਪੁੱਟਣਾ ਖੜੀ ਕੀ ਪੁੱਛਣਾ ਚਾਹੁੰਦੀ ਮੇਰਾ ਕਸੂਰ ਕਿਵੇਂ ਕਰੀ ਪੁੱਛਣਾ ਨਹੀਂ ਦੱਸਣ ਲੱਗੀ ਹਾਂ ਜੀ ਪਹਿਲਾਂ ਸੁਣ ਲਓ ਜੇ ਤੁਹਾਨੂੰ ਲੱਗੇ ਵੀ ਇਹਨਾਂ ਦਾ ਕਸੂਰ ਹੈ ਤੇ ਪਲੀਜ਼ ਤੁਸੀਂ ਤਾੜੀ ਸਾਰਿਆਂ ਨੇ ਜ਼ਰੂਰ ਮਾਰਨੀ ਹੈ ਤਾੜੀ ਮਾਰਨੀ ਹੈ
मेरा कसूर हो है ही नहीं पर मैनू की मारो ताड़ी लाई जे मेरा कसूर होया होने नहीं होने नहीं जे मेरा कसूर होया तो फिर ये भाई बजाऊंगे ताड़ी भैणा भी बजाऊनी है पुछना भैणा पुछ लग भैन जी कसूर होया जरूर ताड़ी बजाओ पर जे मेरा कसूर ना होया फिर तेरा की बनू कालिया पर जे ताड़ी मारती फिर तो चंगी होंगी है पर जे ताड़ी ना मारी मेरा कसूर ना होया फिर तेरा की बनू चलो ठीक है फिर भी मैं जो कहूंगी सच ही कहूंगी पर जे कसूर होया तो ताड़ी मारूंगी ना ठीक है मैं कहना जी रब की बेच ना होया तो फिर मैं तेरे जड़ों कुछ ना कुछ ओके ठीक है जी पहले सुन लो सारा बापू ते बेबे की कारगुजारी जे मेरा कसूर होया तुसी ताड़ी जरूर मारियो जे ना होया फिर मेरे घर आओ ठीक है जी पहले सुन लो मैं दसन लगी हूं जे तुहानू लगे भी इन्हां दा कसूर है ते तुसी सारे ने ताड़ी जरूर मारनी है भैणा ने बच्चों ने भी सारे ने और जे नहीं ते फिर बोला रहंदे तू आप सी आपे पौंदा आ रिया ते सुता इश्क जगाउंदा आ रिया पहले सुन ते लो मैं कसूर नाले दसी नहीं तू आपस आपे पौंदा आ रिया ते सुता इश्क जगाउंदा आ रिया बापू नूं हदिया पीण लई बैठक विच देखी आउंदा रिया लग गया ना पता तुहानूं मैं तां बापू दी सेवा करदा सी बापू ने चक के मेवा ला लिया ना मरे एक गल तुसीं होर नोट कीती है कीड़ी ताड़ी सब तो पहला बापू ने मारी है किस्मत नाल कुड़े